ਸਿਆਸੀ ਧਿਰਾਂ ਦੇ ਵਰਕਰਾਂ ਦੇ ਵਿਚਕਾਰ ਆਪਸ 'ਚ ਕਾਫ਼ੀ ਜੰਮ ਕੇ ਬਹਿਸਬਾਜ਼ੀ ਹੋਈ ਹੈ ਅਤੇ ਬਹਿਸਬਾਜ਼ੀ ਇਸ ਕਦਰ ਵੱਧ ਗਈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਇਸ ਹੰਗਾਮੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪਹਿਲਾਂ ਉਧਵ ਠਾਕਰੇ ਦੇ ਜੋ ਕਾਫਲਾ ਸੀ ਉਸਦੇ ਉੱਤੇ ਰਾਜ ਠਾਕਰੇ ਦੇ ਜੋ ਵਰਕਰ ਸੀ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਗੱਡੀਆਂ ਦੇ ਉੱਤੇ ਨਾਰੀਅਲ ਸੁੱਟੇ ਗਏ ਅਤੇ ਗੋਬਰ ਸੁੱਟਿਆ ਗਿਆ, ਜਿਸ ਤੋਂ ਬਾਅਦ ਗੁੱਸੇ 'ਚ ਆਏ ਉਧਵ ਠਾਕਰੇ ਦੇ ਵਰਕਰਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਫਿਰ ਵਿੱਚ ਹੀ ਉਸਦੇ ਜੋ ਰਾਜ ਠਾਕਰੇ ਸੀ ਉਸਦੇ ਵੀ ਵਰਕਰ ਪਹੁੰਚਦੇ ਨੇ। ਹਾਲਾਂਕਿ ਇਸ ਦੌਰਾਨ ਮਹਿਲਾ ਆਗੂਆਂ ਵੀ ਕਿਸੇ ਤੋਂ ਘੱਟ ਨਹੀਂ ਸੀ, ਉਹਨਾਂ ਦੇ ਵੱਲੋਂ ਵੀ ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ 9 ਅਗਸਤ ਨੂੰ ਪਹਿਲਾਂ ਰਾਜ ਠਾਕਰੇ ਦੇ ਜੋ ਕਾਫਲਾ ਸੀ ਉਸਦੀ ਗੱਡੀਆਂ ਦੇ ਉੱਤੇ ਹਮਲਾ ਕੀਤਾ ਜਾਂਦਾ ਅਤੇ ਫਿਰ ਬਦਲੇ ਦੇ ਵਿੱਚ ਉਧਵ ਠਾਕਰੇ ਦੀ ਗੱਡੀਆਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਬਾਅਦ ਦੇ ਵਿੱਚ ਦੋਵਾਂ ਧਿਰਾਂ ਦੇ ਜੋ ਵਰਕਰ ਨੇ ਉਹ ਆਹਮੋ ਸਾਹਮਣੇ ਹੋ ਜਾਂਦੇ ਨੇ। ਆਹਮੋ ਸਾਹਮਣੇ ਹੋਣ ਤੋਂ ਬਾਅਦ ਪੂਰਾ ਜੰਮ ਕੇ ਉਤਪਾਤ ਮਚਾਇਆ ਜਾਂਦਾ ਹੈ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੁੰਦਾ ਹੈ ਪਰ ਉਹ ਵੀ ਬਿਲਕੁਲ ਲਾਚਾਰ ਅਤੇ ਬੇਬਸ ਨਜ਼ਰ ਆਈ ਹੈ। ਹਾਲਾਂਕਿ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਕਾਫੀ ਪੁਲਿਸ ਫੋਰਸ ਨੂੰ ਬੁਲਾਇਆ ਜਾਂਦਾ ਹੈ ਅਤੇ 50 ਲੋਕਾਂ ਨੂੰ ਇਸਦੇ ਵਿੱਚ ਹਿਰਾਸਤ 'ਚ ਲਿਆ ਗਿਆ ਤਾਂ ਮੁੰਬਈ ਤੋਂ ਇਹ ਖਬਰ ਸਾਹਮਣੇ ਆਈ ਹੈ। ਦੋ ਸਿਆਸੀ ਧਿਰਾਂ ਦੇ ਵਰਕਰਾਂ ਦੇ ਵਿਚਕਾਰ ਆਪਸ 'ਚ ਕਾਫੀ ਜੰਮ ਕੇ ਬਹਿਸਬਾਜ਼ੀ ਹੋਈ ਹੈ ਅਤੇ ਬਹਿਸਬਾਜ਼ੀ ਇਸ ਕਦਰ ਵੱਧ ਗਈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਇਸ ਹੰਗਾਮੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪਹਿਲਾਂ ਉਧਵ ਠਾਕਰੇ ਦੇ ਜੋ ਕਾਫਲਾ ਸੀ ਉਸਦੇ ਉੱਤੇ ਰਾਜ ਠਾਕਰੇ ਦੇ ਜੋ ਵਰਕਰ ਸੀ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਗੱਡੀਆਂ ਦੇ ਉੱਤੇ ਨਾਰੀਅਲ ਸੁੱਟੇ ਗਏ ਅਤੇ ਗੋਬਰ ਸੁੱਟਿਆ ਗਿਆ, ਜਿਸ ਤੋਂ ਬਾਅਦ ਗੁੱਸੇ 'ਚ ਆਏ ਉਧਵ ਠਾਕਰੇ ਦੇ ਵਰਕਰਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਫਿਰ ਵਿੱਚ ਹੀ ਉਸਦੇ ਜੋ ਰਾਜ ਠਾਕਰੇ ਸੀ ਉਸਦੇ ਵੀ ਵਰਕਰ ਪਹੁੰਚਦੇ ਨੇ। ਹਾਲਾਂਕਿ ਇਸ ਦੌਰਾਨ ਮਹਿਲਾ ਆਗੂਆਂ ਵੀ ਕਿਸੇ ਤੋਂ ਘੱਟ ਨਹੀਂ ਸੀ, ਉਹਨਾਂ ਦੇ ਵੱਲੋਂ ਵੀ ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ 9 ਅਗਸਤ ਨੂੰ ਪਹਿਲਾਂ ਰਾਜ ਠਾਕਰੇ ਦੇ
ਜੋ ਕਾਫਲਾ ਸੀ ਉਸਦੀ ਗੱਡੀਆਂ ਦੇ ਉੱਤੇ ਹਮਲਾ ਕੀਤਾ ਜਾਂਦਾ ਅਤੇ ਫਿਰ ਬਦਲੇ ਦੇ ਵਿੱਚ ਉਧਵ ਠਾਕਰੇ ਦੀ ਗੱਡੀਆਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਬਾਅਦ ਦੇ ਵਿੱਚ ਦੋਵਾਂ ਧਿਰਾਂ ਦੇ ਜੋ ਵਰਕਰ ਨੇ ਉਹ ਆਹਮੋ ਸਾਹਮਣੇ ਹੋ ਜਾਂਦੇ ਨੇ। ਆਹਮੋ ਸਾਹਮਣੇ ਹੋਣ ਤੋਂ ਬਾਅਦ ਪੂਰਾ ਜੰਮ ਕੇ ਉਤਪਾਤ ਮਚਾਇਆ ਜਾਂਦਾ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੁੰਦਾ ਪਰ ਉਹ ਵੀ ਬਿਲਕੁਲ ਲਾਚਾਰ ਅਤੇ ਬੇਬਸ ਨਜ਼ਰ ਆਈ ਹੈ। ਹਾਲਾਂਕਿ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਕਾਫੀ ਪੁਲਿਸ ਫੋਰਸ ਨੂੰ ਬੁਲਾਇਆ ਜਾਂਦਾ ਹੈ ਅਤੇ 50 ਲੋਕਾਂ ਨੂੰ ਇਸਦੇ ਵਿੱਚ ਹਿਰਾਸਤ 'ਚ ਲਿਆ ਗਿਆ ਤਾਂ ਮੁੰਬਈ ਤੋਂ ਇਹ ਖਬਰ ਸਾਹਮਣੇ ਆਈ ਹੈ। ਸਿਆਸੀ ਧਿਰਾਂ ਦੇ ਵਰਕਰਾਂ ਦੇ ਵਿਚਕਾਰ ਆਪਸ 'ਚ ਕਾਫੀ ਜੰਮ ਕੇ ਬਹਿਸਬਾਜ਼ੀ ਹੋਈ ਹੈ ਅਤੇ ਬਹਿਸਬਾਜ਼ੀ ਇਸ ਕਦਰ ਵੱਧ ਗਈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਇਸ ਹੰਗਾਮੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪਹਿਲਾਂ ਉਧਵ ਠਾਕਰੇ ਦੇ ਜੋ ਕਾਫਲਾ ਸੀ ਉਸਦੇ ਉੱਤੇ ਰਾਜ ਠਾਕਰੇ ਦੇ ਜੋ ਵਰਕਰ ਸੀ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਗੱਡੀਆਂ ਦੇ ਉੱਤੇ ਨਾਰੀਅਲ ਸੁੱਟੇ ਗਏ ਅਤੇ ਗੋਬਰ ਸੁੱਟਿਆ ਗਿਆ, ਜਿਸ ਤੋਂ ਬਾਅਦ ਗੁੱਸੇ 'ਚ ਆਏ ਉਧਵ ਠਾਕਰੇ ਦੇ ਵਰਕਰਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਫਿਰ ਵਿੱਚ ਹੀ ਉਸਦੇ ਜੋ ਰਾਜ ਠਾਕਰੇ ਸੀ ਉਸਦੇ ਵੀ ਵਰਕਰ ਪਹੁੰਚਦੇ ਨੇ। ਹਾਲਾਂਕਿ ਇਸ ਦੌਰਾਨ ਮਹਿਲਾ ਆਗੂਆਂ ਵੀ ਕਿਸੇ ਤੋਂ ਘੱਟ ਨਹੀਂ ਸੀ, ਉਹਨਾਂ ਦੇ ਵੱਲੋਂ ਵੀ ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ 9 ਅਗਸਤ ਨੂੰ ਪਹਿਲਾਂ ਰਾਜ ਠਾਕਰੇ ਦੇ ਜੋ ਕਾਫਲਾ ਸੀ ਉਸਦੀ ਗੱਡੀਆਂ ਦੇ ਉੱਤੇ ਹਮਲਾ ਕੀਤਾ ਜਾਂਦਾ ਅਤੇ ਫਿਰ ਬਦਲੇ ਦੇ ਵਿੱਚ ਉਧਵ ਠਾਕਰੇ ਦੀ ਗੱਡੀਆਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਬਾਅਦ ਦੇ ਵਿੱਚ ਦੋਵਾਂ ਧਿਰਾਂ ਦੇ ਜੋ ਵਰਕਰ ਨੇ ਉਹ ਆਹਮੋ ਸਾਹਮਣੇ ਹੋ ਜਾਂਦੇ ਨੇ। ਆਹਮੋ ਸਾਹਮਣੇ ਹੋਣ ਤੋਂ ਬਾਅਦ ਪੂਰਾ ਜੰਮ ਕੇ ਉਤਪਾਤ ਮਚਾਇਆ ਜਾਂਦਾ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੁੰਦਾ ਪਰ ਉਹ ਵੀ ਬਿਲਕੁਲ ਲਾਚਾਰ ਅਤੇ ਬੇਬਸ ਨਜ਼ਰ ਆਈ ਹੈ। ਹਾਲਾਂਕਿ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਕਾਫੀ ਪੁਲਿਸ ਫੋਰਸ ਨੂੰ ਬੁਲਾਇਆ ਜਾਂਦਾ ਹੈ ਅਤੇ 50 ਲੋਕਾਂ ਨੂੰ ਇਸਦੇ ਵਿੱਚ ਹਿਰਾਸਤ 'ਚ ਲਿਆ ਗਿਆ ਤਾਂ ਮੁੰਬਈ ਤੋਂ ਇਹ ਖਬਰ ਸਾਹਮਣੇ ਆਈ ਹੈ।
ਦੋ ਸਿਆਸੀ ਧਿਰਾਂ ਦੇ ਵਰਕਰਾਂ ਦੇ ਵਿਚਕਾਰ ਆਪਸ 'ਚ ਕਾਫੀ ਜੰਮ ਕੇ ਬਹਿਸਬਾਜ਼ੀ ਹੋਈ ਹੈ ਅਤੇ ਬਹਿਸਬਾਜ਼ੀ ਇਸ ਕਦਰ ਵੱਧ ਗਈ ਕਿ ਇੱਕ ਦੂਜੇ ਦੇ ਉੱਤੇ ਹਮਲਾ ਕਰ ਦਿੱਤਾ ਗਿਆ, ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਇਸ ਹੰਗਾਮੇ ਦੀ ਵਜ੍ਹਾ ਇਹ ਦੱਸੀ ਜਾ ਰਹੀ ਹੈ ਕਿ ਪਹਿਲਾਂ ਉਧਵ ਠਾਕਰੇ ਦੇ ਜੋ ਕਾਫਲਾ ਸੀ ਉਸਦੇ ਉੱਤੇ ਰਾਜ ਠਾਕਰੇ ਦੇ ਜੋ ਵਰਕਰ ਸੀ ਉਹਨਾਂ ਦੇ ਵੱਲੋਂ ਹਮਲਾ ਕੀਤਾ ਗਿਆ। ਉਹਨਾਂ ਦੇ ਕਾਫਲੇ ਦੇ ਵਿੱਚ ਸ਼ਾਮਲ ਗੱਡੀਆਂ ਦੇ ਉੱਤੇ ਨਾਰੀਅਲ ਸੁੱਟੇ ਗਏ ਅਤੇ ਗੋਬਰ ਸੁੱਟਿਆ ਗਿਆ, ਜਿਸ ਤੋਂ ਬਾਅਦ ਗੁੱਸੇ 'ਚ ਆਏ ਉਧਵ ਠਾਕਰੇ ਦੇ ਵਰਕਰਾਂ ਦੇ ਵੱਲੋਂ ਜੰਮ ਕੇ ਹੰਗਾਮਾ ਕੀਤਾ ਗਿਆ ਅਤੇ ਫਿਰ ਵਿੱਚ ਹੀ ਉਸਦੇ ਜੋ ਰਾਜ ਠਾਕਰੇ ਸੀ ਉਸਦੇ ਵੀ ਵਰਕਰ ਪਹੁੰਚਦੇ ਨੇ। ਹਾਲਾਂਕਿ ਇਸ ਦੌਰਾਨ ਮਹਿਲਾ ਆਗੂਆਂ ਵੀ ਕਿਸੇ ਤੋਂ ਘੱਟ ਨਹੀਂ ਸੀ, ਉਹਨਾਂ ਦੇ ਵੱਲੋਂ ਵੀ ਜੰਮ ਕੇ ਹੰਗਾਮਾ ਕੀਤਾ ਗਿਆ। ਦਰਅਸਲ ਜਾਣਕਾਰੀ ਅਨੁਸਾਰ ਕਿਹਾ ਜਾ ਰਿਹਾ ਕਿ 9 ਅਗਸਤ ਨੂੰ ਪਹਿਲਾਂ ਰਾਜ ਠਾਕਰੇ ਦੇ ਜੋ ਕਾਫਲਾ ਸੀ ਉਸਦੀ ਗੱਡੀਆਂ ਦੇ ਉੱਤੇ ਹਮਲਾ ਕੀਤਾ ਜਾਂਦਾ ਅਤੇ ਫਿਰ ਬਦਲੇ ਦੇ ਵਿੱਚ ਉਧਵ ਠਾਕਰੇ ਦੀ ਗੱਡੀਆਂ ਦੇ ਉੱਤੇ ਹਮਲਾ ਕਰ ਦਿੱਤਾ ਜਾਂਦਾ ਅਤੇ ਫਿਰ ਬਾਅਦ ਦੇ ਵਿੱਚ ਦੋਵਾਂ ਧਿਰਾਂ ਦੇ ਜੋ ਵਰਕਰ ਨੇ ਉਹ ਆਹਮੋ ਸਾਹਮਣੇ ਹੋ ਜਾਂਦੇ ਨੇ। ਆਹਮੋ ਸਾਹਮਣੇ ਹੋਣ ਤੋਂ ਬਾਅਦ ਪੂਰਾ ਜੰਮ ਕੇ ਉਤਪਾਤ ਮਚਾਇਆ ਜਾਂਦਾ। ਪੁਲਿਸ ਪ੍ਰਸ਼ਾਸਨ ਮੌਕੇ 'ਤੇ ਮੌਜੂਦ ਹੁੰਦਾ ਪਰ ਉਹ ਵੀ ਬਿਲਕੁਲ ਲਾਚਾਰ ਅਤੇ ਬੇਬਸ ਨਜ਼ਰ ਆਈ ਹੈ। ਹਾਲਾਂਕਿ ਜਿਸ ਤੋਂ ਬਾਅਦ ਮੌਕੇ ਦੇ ਉੱਤੇ ਕਾਫੀ ਪੁਲਿਸ ਫੋਰਸ ਨੂੰ ਬੁਲਾਇਆ ਜਾਂਦਾ ਅਤੇ 50 ਲੋਕਾਂ ਨੂੰ ਇਸਦੇ ਵਿੱਚ ਹਿਰਾਸਤ 'ਚ ਲਿਆ ਗਿਆ। ਤਾਂ ਮੁੰਬਈ ਤੋਂ ਇਹ ਖਬਰ ਸਾਹਮਣੇ ਆਈ ਹੈ।